ਪਿੰਡ ਜੋਗੋਵਾਲ ਜੱਟਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ 8 ਸਾਲਾਂ ਦੀ ਮਾਸੂਮ ਬੱਚੀ ਅੰਜਲੀ ਦੀ ਯਾਦ ਵਿੱਚ ਕਰਵਾਏ ਗਏ ਸ਼ਰਧਾਂਜਲੀ ਸਮਾਰੋਹ ਮੌਕੇ ਗੁੜੀਆ ਅੰਜਲੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਟੇਜ 'ਤੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੇ ਨਾਲ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨਵਰ ਮਸੀਹ, ਰੌਬਰਟ ਪਛੀਆ ਜਨਾਲਾ, ਆਰਿਫ ਮਸੀਹ ਚੌਹਾਨ ਡੇਰਾ ਬਾਬਾ ਨਾਨਕ, ਡੋਮਿਨਿਕ ਮੱਟੂ ਡੇਰਾ ਬਾਬਾ ਨਾਨਕ, ਐਲਬਰਟ ਦੂਆ ਲੁਧਿਆਣਾ, ਸਨਾਵਰ ਪੱਟੀ ਜਲੰਧਰ, ਰਾਜਨ ਮਸੀਹ ਕਰਨੋਵਾਲ, ਸਨੀ ਮਸੀਹ ਚੌਹਾਨ ਅਜਨਾਲਾ, ਐਡਵੋਕੇਟ ਕਮਲ ਮਸੀਹ ਖੋਖਰ, ਰਾਕੇਸ਼ ਵਿਲੀਅਮ ਰੌਕੀ ਧਾਰੀਵਾਲ ਆਦਿ ਨੇ 100 ਵਿੱਚ ਪੀੜਤ ਪਰਿਵਾਰ ਨੂੰ ਸਿਆਸੀ ਪਾਰਟੀਆਂ ਦੀ ਸੋਚ ਤੋਂ ਉੱਪਰ ਉੱਠ ਕੇ ਇਨਸਾਫ਼ ਦਿਵਾਉਣ ਲਈ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਇਆ। ਇਸ ਮੌਕੇ ਮੋਨਾ ਮੈਮੋਰੀਅਲ CNI ਚਰਚ ਸਿਵਲ ਲਾਈਨ ਹੁਸ਼ਿਆਰਪੁਰ ਦੀ ਪਾਸਟਰ ਕਮੇਟੀ ਨੇ ਗੁੜੀਆ ਦੇ ਮਾਤਾ ਪਿਤਾ ਨੂੰ ਚਰਚ ਦੀ ਕਲਸੀਆ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਸਟੇਜ 'ਤੇ ਭੇਂਟ ਕੀਤਾ।